ਬਾਪ ਹੈ। ਤੀਜ ਦਾ ਤਿਉਹਾਰ ਜੋ ਕਿ ਹਰ ਸਾਲ ਸਾਉਣ ਦੇ ਮਹੀਨੇ ਕੁੜੀਆਂ ਵੱਲੋਂ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਕੁੜੀਆਂ ਸਾਉਣ ਦੇ ਮਹੀਨੇ ਦੀਆਂ ਉਡੀਕ ਕਰਦੀਆਂ ਨੇ ਕਿ ਅਸੀਂ ਪਿੰਗਾ ਝੁੱਟਾ ਗੀਆਂ, ਕਿੱਕਲੀ ਗਿੱਧਾ ਪਾਵਾਂਗੀਆਂ। ਅੱਜ ਤੀਆਂ ਦਾ ਤਿਉਹਾਰ ਬੜੇ ਹੀ ਧੂਮ ਧਾਮ ਨਾਲ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਸੰਘੇੜੇ ਵਿਖੇ ਮਨਾਇਆ ਗਿਆ, ਜਿੱਥੇ ਕਿ ਬੱਚਿਆਂ ਤੇ ਅਧਿਆਪਕਾਂ ਵੱਲੋਂ ਬਹੁਤ ਜ਼ਿਆਦਾ ਰੌਣਕ ਲਗਾਈ ਗਈ। ਬੱਚਿਆਂ ਵੱਲੋਂ ਗਿੱਧੇ ਪਾਏ ਗਏ, ਕਿੱਕਲੀ ਪਾਈ ਗਈ ਤੇ ਆਪਣੇ ਸੱਭਿਆਚਾਰ ਨੂੰ ਉਭਾਰਨ ਲਈ ਪੰਜਾਬੀ ਸੱਭਿਆਚਾਰਕ ਡਰੈਸ ਪਾ ਕੇ ਤੀਜ ਦਾ ਤਿਉਹਾਰ ਮਨਾਇਆ ਗਿਆ। ਉੱਥੇ ਹੀ ਸਾਡੀ ਮੀਡੀਆ ਨਾਲ ਗੱਲ ਕਰਦੇ ਹੋਏ ਕੁਝ ਅਧਿਆਪਕਾਂ ਨੇ ਤੀਜ ਦੇ ਤਿਉਹਾਰ ਬਾਰੇ ਜਾਣਕਾਰੀ ਸਾਂਝੀ ਕੀਤੀ। ਮੇਰਾ ਨਾਮ ਅਨੀਤਾ ਖੁਰਾਨਾ। ਮੈਂ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਇਹ ਤਿਉਹਾਰ ਜਿਹੜਾ ਹੈਗਾ ਨਾ, ਤੀਜ ਦਾ ਤਿਉਹਾਰ, ਇਹ ਪੰਜਾਬ ਦੇ ਵਿੱਚ ਸਦੀਆਂ ਤੋਂ ਹੀ ਮਨਾਇਆ ਜਾ ਰਿਹਾ ਹੈ ਔਰ ਸਦੀਆਂ ਤੋਂ ਹੀ ਆਪਾਂ ਇਸ ਨੂੰ ਚਾਹੁੰਦੇ ਹਾਂ ਕਿ ਇਹ ਅੱਗੇ ਦੇ ਅੱਗੇ ਵੱਧਦਾ ਜਾਏ। ਸਾਰੇ ਅੱਗੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਪੰਜਾਬ ਦੇ ਜਿੰਨੇ ਵੀ ਕਲਚਰ ਹੈ, ਪੰਜਾਬ ਦਾ ਜਿਹੜਾ ਸੱਭਿਆਚਾਰ ਹੈ ਉਹਦੇ ਨਾਲ ਜੁੜਿਆ ਰਹੇ। ਉਹਨੂੰ ਜੋੜਨ ਲਈ ਅਸੀਂ ਆਪਣੇ ਸਕੂਲ ਦੇ ਵਿੱਚ ਵੀ ਇਹ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ ਤਾਂ ਕਿ ਬੱਚੇ ਜਿਹੜੇ ਆ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਸਾਰਾ ਕੁਝ ਪਤਾ ਲੱਗਦਾ ਰਹੇ। ਬਾਕੀ ਹੋਰ ਵੀ ਅਸੀਂ ਬਹੁਤ ਸਾਰੇ ਜਿੰਨੇ ਵੀ ਹੋਰ ਧਰਮ ਹੈ ਉਹਨਾਂ ਦੇ ਬਾਰੇ ਵੀ ਦੱਸਦੇ ਹਾਂ, ਲੇਕਿਨ ਆਪਣੇ ਜਿਹੜਾ ਪੰਜਾਬ 'ਚ ਰਹਿਣ ਕਰਕੇ ਆਪਾਂ ਪੰਜਾਬ ਦੇ ਜਿਹੜਾ ਕਲਚਰ ਹੈ ਉਹਦੇ ਬਾਰੇ ਸਾਰਿਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਾਂ। ਜਿਹੜੇ ਦੂਸਰੇ ਆਪਣਾ ਧਰਮ ਦੇ ਲੋਕ ਨੇ ਉਹਨਾਂ ਨੂੰ ਵੀ ਪਤਾ ਚੱਲੇ ਕਿ ਪੰਜਾਬੀ ਲੋਕ ਕਿਸ ਜਿਹੇ ਸੱਭਿਆਚਾਰ ਨਾਲ ਜੁੜੇ ਹੋਏ ਹਨ ਔਰ ਬੱਚੇ ਇਸ ਦਿਨ ਕੀ ਕਰਦੇ ਹੈ, ਸਾਰੇ ਝੂਲਾ ਝੂਲਦੇ ਹੈ, ਰੰਗ ਬਿਰੰਗੇ ਕੱਪੜੇ ਪਾ ਕੇ ਆਉਂਦੇ ਹੈ, ਕੁੜੀਆਂ ਦਾ ਤਿਉਹਾਰ ਹੁੰਦਾ ਹੈ, ਸਾਰੇ ਪੇਰੈਂਟਸ ਜਿਹੜੇ ਨੇ ਆਪਣੀ ਕੁੜੀਆਂ ਦੇ ਘਰ ਸੰਧਾਰੇ ਲੈ ਕੇ ਜਾਂਦੇ ਆ। 15 ਦਿਨ ਤੱਕ ਇਹ ਤਿਉਹਾਰ ਚੱਲਦਾ ਰਹਿੰਦਾ ਹੈ। 7 ਤਰੀਕ ਨੂੰ ਤੀਜ ਦਾ ਮੇਨ ਤਿਉਹਾਰ ਸੀਗਾ, ਇਹਨੂੰ ਹਰਿਆਲੀ ਤੀਜ ਕਿਹਾ ਜਾਂਦਾ ਹੈ। ਇਸ ਦਿਨ ਬੱਚੇ, ਅੱਜ ਅਸੀਂ ਆਪਣੇ ਸਕੂਲ ਦੇ ਵਿੱਚ ਵੀ ਇਹ ਪ੍ਰੋਗਰਾਮ ਮਨਾ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਵੀ ਇਹ ਕਲਚਰ ਨਾਲ ਜੁੜਨ ਦਾ ਮੌਕਾ ਮਿਲੇ। ਮੇਰਾ ਨਾਮ ਕਿਰਨਾ ਦੇਵੀ ਜੀ। ਮੈਂ ਕਹਿਣਾ ਚਾਹੂੰਗੀ ਜੀ, ਅਸੀਂ ਵੀ ਆਪਣੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਵਿੱਚ ਤੀਆਂ ਮਨਾ ਰਹੇ ਹਾਂ, ਤੀਆਂ ਦਾ ਤਿਉਹਾਰ, ਕਿਉਂਕਿ ਇਹ ਤਿਉਹਾਰ ਆਲਮੋਸਟ ਸਾਰੇ ਸਕੂਲਾਂ ਦੇ ਵਿੱਚ ਮਨਾਇਆ ਜਾਂਦਾ। ਇਸ ਕਰਕੇ ਅਸੀਂ ਵੀ ਇੱਕ ਦਿਨ ਆਪਣੇ ਬੱਚਿਆਂ ਨੂੰ ਮੌਕਾ ਦਿੱਤਾ। ਸਾਰਾ ਦਿਨ ਬੱਚੇ ਪੜ੍ਹਦੇ ਰਹਿੰਦੇ ਨੇ, ਸਾਰਾ ਦਿਨ ਸਟੱਡੀ ਨਾਲ ਜੁੜੇ ਰਹਿੰਦੇ ਨੇ, ਇੱਕ ਦਿਨ ਇਹਨਾਂ ਨੂੰ ਰੰਗ ਬਿਰੰਗੇ ਕੱਪੜੇ ਪਵਾ ਕੇ ਕਲਰਫੁੱਲ ਡਰੈਸ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਏ ਹਾਂ। ਬੱਚਿਆਂ ਦੇ ਚਿਹਰੇ ਬਹੁਤ ਸੋਹਣੇ ਨੇ, ਬਹੁਤ ਖਿੜੇ ਖਿੜੇ ਲੱਗ ਰਹੇ ਨੇ, ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਦੇਖ ਕੇ ਅਸੀਂ ਬੱਚਿਆਂ ਨੂੰ ਇੱਕ ਦਿਨ ਇਹ ਤਿਉਹਾਰ ਮਨਾਉਣ ਦਾ ਮੌਕਾ ਦਿੱਤਾ। ਅਸੀਂ ਐਕਚੁਅਲੀ ਜਿਹੜੇ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਜ਼ਿਆਦਾ ਅਲੋਪ ਹੁੰਦਾ ਜਾ ਰਿਹਾ, ਤਾਂ ਅਸੀਂ ਸੋਚ ਰਹੇ ਵੀ ਸਾਡੇ ਬੱਚੇ, ਸਾਡੇ ਪੰਜਾਬੀ ਉਸ ਦੇ ਨਾਲ ਜੁੜੇ ਰਹਿਣ, ਤਾਂ ਕਿ ਅਸੀਂ ਹਰ ਜੋ ਵੀ ਪੰਜਾਬੀ ਫੰਕਸ਼ਨ ਹੁੰਦਾ ਉਹ ਹਰ ਇੱਕ ਬੱਚਿਆਂ ਨੂੰ ਸੈਲੀਬ੍ਰੇਟ ਕਰਾਈਦਾ, ਦੱਸੀਦਾ, ਉਹਨਾਂ ਨੂੰ ਗਾਈਡ ਕਰੀਦਾ। Yeah.
ਜੀ।